ਸਤਿ ਸ਼੍ਰੀ ਅਕਾਲ ਜੀ, ਮੈਂ ਰਾਹੁਲ ਗੁਪਤਾ, ਮੈਂਬਰ ਪੰਜਾਬ ਸਟੇਟ ਕੋਵਿਡ ਕੰਟਰੋਲ ਰੂਮ। ਅੱਜ ਤੁਹਾਡੇ ਨਾਲ ਕੋਵਿਡ 19 ਸੰਬੰਧੀ ਸੂਚਨਾ ਸਾਂਝੀ ਕਰਨ ਦਾ 58ਵਾਂ ਦਿਨ ਹੈ। ਵਿਸ਼ਵ ਦੇ ਕੋਵਿਡ 19 ਦੇ ਆਂਕੜੇ, ਸੰਕ੍ਰਮਿਤ ਹੋਏ 49,13,000, ਠੀਕ ਹੋਏ 19,20,000, ਮ੍ਰਿਤਕ 3,20,000। ਭਾਰਤ ਦੇ ਕੋਵਿਡ ਦੇ ਆਂਕੜੇ, ਸੰਕ੍ਰਮਿਤ ਹੋਏ 1,02,231, ਠੀਕ ਹੋਏ 39,800, ਮ੍ਰਿਤਕ 3,170। ਪੰਜਾਬ ਦੇ ਕੋਵਿਡ ਦੇ ਆਂਕੜੇ, ਕੁੱਲ ਪੋਜ਼ੀਟਿਵ 2,002, ਜੋ ਕਿ ਕੱਲ੍ਹ ਦੀ ਗਿਣਤੀ ਨਾਲੋਂ 22 ਵੱਧ ਹਨ, ਠੀਕ ਹੋਏ 1,642, ਕੁੱਲ ਮੌਤਾਂ 38। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ 20 ਮਈ ਯਾਨੀ ਕੱਲ੍ਹ ਤੋਂ ਰਾਜ ਵਿੱਚ ਬੱਸ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬੱਸਾਂ ਸਿੱਧੀਆਂ ਆਰੰਭਕ ਅੱਡੇ ਤੋਂ ਪਹੁੰਚ ਅੱਡੇ ਤੱਕ ਚਲਾਈਆਂ ਜਾਣਗੀਆਂ ਅਤੇ ਰਾਹ ਦੇ ਵਿੱਚ ਕਿਸੇ ਵੀ ਅੱਡੇ ਉੱਤੋਂ ਸਵਾਰੀਆਂ ਨਹੀਂ ਚੱਕੀਆਂ ਜਾਣਗੀਆਂ। ਬੱਸਾਂ ਦੇ ਰੂਟ 'ਤੇ ਚੱਲਣ ਤੋਂ ਪਹਿਲਾਂ ਸਵਾਰੀਆਂ ਦੀਆਂ ਟਿਕਟਾਂ ਐਡਵਾਂਸ ਬੁਕਿੰਗ ਏਜੰਟ ਜਾਂ ਕੰਡਕਟਰਾਂ ਰਾਹੀਂ ਬੱਸ ਸਟੈਂਡ 'ਤੇ ਹੀ ਕੱਟੀਆਂ ਜਾਣਗੀਆਂ। ਬੱਸਾਂ ਵਿੱਚ ਬੈਠਣ ਦੀ ਸਮਰੱਥਾ ਅਨੁਸਾਰ 50% ਸੀਟਾਂ ਤੋਂ ਵੱਧ ਸਵਾਰੀਆਂ ਨਹੀਂ ਹੋਣਗੀਆਂ। ਸਵਾਰੀਆਂ ਨੂੰ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਬੱਸ ਸ਼ੁਰੂ ਕਰਨ ਤੋਂ ਪਹਿਲਾਂ ਬੱਸ ਨੂੰ ਸੈਨੇਟਾਈਜ਼ ਕਰਨਾ ਜ਼ਰੂਰੀ ਹੋਵੇਗਾ ਅਤੇ ਬੱਸਾਂ ਵਿੱਚ ਹੈਂਡ ਸੈਨੇਟਾਈਜ਼ਰ ਉਪਲਬਧ ਰਹਿਣਗੇ। ਅੰਤਰਰਾਜੀ ਬੱਸ ਸਰਵਿਸ 31 ਮਈ ਤੱਕ ਬੰਦ ਰਹੇਗੀ। ਪੰਜਾਬ ਸਰਕਾਰ ਨੇ ਕੋਵਿਡ 19 ਮਹਾਂਮਾਰੀ ਦੇ ਚੱਲਦਿਆਂ ਨਾਗਰਿਕਾਂ ਦੀ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਊਸ ਟੈਕਸ ਜਾਂ ਪ੍ਰਾਪਰਟੀ ਟੈਕਸ ਅਦਾ ਕਰਨ ਦੀ ਆਖਰੀ ਤਾਰੀਖ 30 ਜੂਨ ਤੱਕ ਵਧਾ ਦਿੱਤੀ ਹੈ। ਇਸੇ ਤਰ੍ਹਾਂ ਵਾਟਰ ਟੈਕਸ ਅਤੇ ਸੀਵਰੇਜ ਚਾਰਜਿਸ ਦੀ ਵਸੂਲੀ ਦਾ ਸਮਾਂ ਸੀਮਾ ਵੀ 30 ਜੂਨ ਤੱਕ ਵਧਾ ਦਿੱਤੀ ਗਈ ਹੈ। ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਪੜ੍ਹਾਈ ਦੇ ਪਾਠਕ੍ਰਮ ਨੂੰ DD ਪੰਜਾਬੀ 'ਤੇ ਚਲਾਉਣ ਦਾ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ। ਇਸ ਸਾਲ IT ਅਤੇ ITES ਸੈਕਟਰ ਵਿੱਚ 605 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਜੋ ਕਿ ਪਿਛਲੇ ਸਾਲ ਨਾਲੋਂ ਲਗਭਗ 65% ਵੱਧ ਹੈ। ਵਿਦੇਸ਼ ਤੋਂ ਵਾਪਸ ਪੰਜਾਬ ਪਰਤਣ ਵਾਲਿਆਂ ਲਈ ਲੇਟੈਸਟ ਗਾਈਡਲਾਈਨਸ ਇਸ ਪ੍ਰਕਾਰ ਹਨ। ਪੰਜਾਬ ਪਹੁੰਚਣ 'ਤੇ ਹੈਲਥ ਮਹਿਕਮੇ ਦੇ ਆਫਿਸਰ ਨੂੰ ਉਹਨਾਂ ਨੂੰ ਇੱਕ ਸਵੈ ਘੋਸ਼ਣਾ ਪੱਤਰ ਦੇਣਾ ਪਵੇਗਾ। ਹੈਲਥ ਪ੍ਰੋਟੋਕਾਲ ਅਨੁਸਾਰ ਉਹਨਾਂ ਦੀ ਸਕਰੀਨਿੰਗ ਹੋਵੇਗੀ ਅਤੇ ਉਹਨਾਂ ਨੂੰ ਕੋਵਾ ਐਪ ਡਾਊਨਲੋਡ ਕਰਨੀ ਹੋਵੇਗੀ। ਕੋਵਾ ਦੇ ਲੱਛਣਾਂ ਵਾਲੇ ਵਿਅਕਤੀਆਂ ਦਾ ਜੇ ਟੈਸਟ ਪੋਜ਼ਿਟਿਵ ਆਉਂਦਾ ਹੈ ਤਾਂ ਉਹਨਾਂ ਨੂੰ ਹੈਲਥ ਪ੍ਰੋਟੋਕਾਲ ਮੁਤਾਬਿਕ ਇਲਾਜ ਕਰਾਉਣਾ ਹੋਵੇਗਾ। ਜੇ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਉਹਨਾਂ ਨੂੰ 14 ਦਿਨਾਂ ਲਈ ਸਰਕਾਰੀ ਸੁਵਿਧਾ ਜਾਂ ਹੋਟਲ ਵਿੱਚ ਕੁਆਰੰਟਾਈਨ ਲਈ ਲਿਜਾਇਆ ਜਾਵੇਗਾ। ਉਸ ਤੋਂ ਬਾਅਦ ਟੈਸਟ ਜੇ ਨੈਗੇਟਿਵ ਆਇਆ ਤਾਂ ਉਹਨਾਂ ਨੂੰ 14 ਦਿਨਾਂ ਲਈ ਹੋਰ ਕੁਆਰੰਟਾਈਨ ਵਿੱਚ ਰਹਿਣਾ ਪਵੇਗਾ। ਜੇ ਕਿਸੇ ਪਿੰਡ ਜਾਂ ਵਾਰਡ ਵਿੱਚ 15 ਜਾਂ ਵੱਧ ਕੋਵਿਡ ਪੋਜ਼ਿਟਿਵ ਕੇਸ ਪਾਏ ਗਏ ਹਨ ਤਾਂ ਉਸ ਨੂੰ ਕੰਟੇਨਮੈਂਟ ਜ਼ੋਨ ਮੰਨਿਆ ਜਾਵੇਗਾ ਅਤੇ ਉਸਦੇ ਆਸ ਪਾਸ ਦੇ 1 ਕਿਲੋਮੀਟਰ ਏਰੀਆ ਨੂੰ ਬਫਰ ਜ਼ੋਨ ਮੰਨਿਆ ਜਾਵੇਗਾ। ਅੰਤ ਵਿੱਚ ਸਾਰਿਆਂ ਨੂੰ ਬੇਨਤੀ ਹੈ ਕਿ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਜ਼ਰੂਰ ਪਹਿਨਣ ਅਤੇ 5-6 ਫੁੱਟ ਦੀ ਦੂਰੀ ਬਣਾ ਕੇ ਰੱਖਣ। ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫਿਊ ਦੀ ਉਲੰਘਣਾ ਨਾ ਕੀਤੀ ਜਾਵੇ। ਆਪ ਨੂੰ ਬੇਨਤੀ ਹੈ। ਅੱਜ ਇੰਨਾ ਹੀ। ਧੰਨਵਾਦ।